ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਹੈ। ਮੈਂ ਤੁਹਾਡਾ ਆਪਣਾ ਕੁਲਵੀਰ ਕਾਈਨੌਰ, ਅਤੇ ਅੱਜ ਕਹਿ ਲਓ ਤਰੀਕ ਹੈ 6 ਜਨਵਰੀ 2022। ਦੰਗਲ ਹੋਣਾ ਸੀਗਾ ਬਹਿਲੋਲ, ਪਰ ਜੱਸੇ ਪਹਿਲਵਾਨ ਨੇ ਪੁੱਜਣਾ ਸੀਗਾ ਪੱਟੀ ਵਾਲੇ ਨੇ, ਪ੍ਰਿਤਪਾਲ ਫਗਵਾੜਾ, ਸੋਨੂੰ ਕਾਂਗੜਾ, ਬੱਬੂ ਬੱਬੇ ਹਾਲੀ, ਹੋਰ ਵੀ ਮੱਲ ਜਿਹੜੇ ਪੁੱਜਣੇ ਸੀਗੇ, ਪਰ ਉਹ ਦੰਗਲ ਜਿਹੜਾ ਬਾਰਿਸ਼ ਕਰਕੇ ਕੈਂਸਲ ਹੋ ਗਿਆ। ਇਹ ਸਾਰੇ ਵੀਰ ਨੋਟ ਕਰਿਓ, ਅਗਲੀਆਂ ਜਿਹੜੀਆਂ ਤਰੀਕਾਂ ਹੋਣਗੀਆਂ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਫਿਲਹਾਲ ਉਹ ਦੰਗਲ ਜਿਹੜਾ ਕੈਂਸਲ ਹੈ, ਕਿਉਂਕਿ ਮੌਸਮ ਜਿਹੜਾ ਖਰਾਬ ਸੀਗਾ, ਅਤੇ ਮੌਸਮ ਖਰਾਬ ਹੋਣ ਕਰਕੇ ਜਿਹੜਾ ਕਹਿ ਲਓ ਵੀ ਦੰਗਲ ਕੈਂਸਲ ਕਰਨਾ ਪੈ ਗਿਆ। ਬਹਿਲੋਲਪੁਰ ਨੇੜੇ ਦਾਊਂ ਸਾਹਿਬ ਕਹਿ ਸਕਦੇ ਹਾਂ, ਮੋਹਾਲੀ ਡਿਸਟ੍ਰਿਕਟ ਪੈਂਦੀ ਹੈ। ਇਸ ਕਰਕੇ ਨੋਟ ਕਰਿਓ ਜਿਹਨਾਂ ਵੀਰਾਂ ਨੇ ਅੱਗੇ ਨੂੰ ਪੁੱਜਣਾ ਹੋਇਆ, ਮੋਹਾਲੀ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਦਾਊਂ ਸਾਹਿਬ ਦੇ ਲਾਗ ਕੋਲ ਬਹਿਲੋਲਪੁਰ। ਅਗਲੀਆਂ ਤਰੀਕਾਂ ਜਲਦੀ ਤੁਹਾਨੂੰ ਦੱਸ ਦਾਂਗੇ, ਫਿਲਹਾਲ ਜਿਹੜਾ ਅੱਜ ਇਹ ਦੰਗਲ ਸੀਗਾ ਇਹ ਕੈਂਸਲ ਹੈ। ਠੀਕ ਹੈ ਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।